ਮਲੇਰਕੋਟਲਾ 'ਚ ਕੇਂਦਰੀ ਪੰਜਾਬੀ ਲੇਖਕ ਸਭਾ ਸਿੱਖ ਦੇ ਸਹਿਯੋਗ ਨਾਲ ਸਨਮਾਨ ਸਮਾਰੋਹ ਅਤੇ ਨਾਵਲ ਦੀ ਘੁੰਡ ਚਕਾਈ ਦਾ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਵੱਲੋਂ ਲਿਖੇ ਨਾਵਲ ਸਵਰਗ ਦੀ ਮੌਤ ਨੂੰ ਲੋਕ ਅਰਪਣ ਕੀਤਾ ਗਿਆ। ਉੱਘੇ ਪੰਜਾਬੀ ਸਾਹਿਤਕਾਰ ਪਵਨ ਹਰਚੰਦਪੁਰੀ ਨੂੰ ਉਹਨਾਂ ਦੇ ਬਾਲ ਨਾਵਲ ਏਲੀਅਨ ਦੀ ਧਰਤੀ 'ਤੇ ਭਾਰਤੀ ਸਾਹਿਤ ਅਕੈਦਮੀ ਬਾਲ ਪੁਰਸਕਾਰ ਲਈ ਚੁਣੇ ਜਾਣ 'ਤੇ ਸਨਮਾਨਿਤ ਕੀਤਾ ਗਿਆ। ਮੈਂ ਇਸ ਕਰਕੇ ਸਵਰਗ ਦੀ ਮੌਤ ਜਿਹੜੀ ਧਰਤੀ ਹੈ ਇਹਦੀ ਜੇ ਕੁਦਰਤ ਦੀ ਪੂਰੀ ਨਿਆਮਤ ਨੂੰ ਦੇਖਿਆ ਜਾਵੇ ਤਾਂ ਪੂਰਨ ਤੌਰ 'ਤੇ ਇਹ ਸਵਰਗ ਨਜ਼ਰ ਆਉਂਦਾ, ਪਰ ਜਦੋਂ ਮਨੁੱਖ ਦੀ ਅੱਜ ਵਿਕਾਸ ਦਰ, ਇਹਦੀ ਡਿਵੈਲਪਮੈਂਟ, ਇਹਦੇ GDP ਦੇ ਕੀੜੇ ਨੇ ਇਹ ਬਿਲਕੁਲ ਸਵਰਗ ਦਾ ਨਾਸ਼ ਕਰ ਦਿੱਤਾ। ਇੱਥੇ ਪਾਣੀ, ਹਵਾ ਸਭ ਕੁਝ ਦੂਸ਼ਿਤ ਹੋ ਚੁੱਕਿਆ, ਪਸ਼ੂ ਪੰਛੀ ਖਤਮ ਹੋ ਚੁੱਕੇ ਨੇ, ਹੋ ਰਹੇ ਨੇ, ਅਤੇ ਪੱਥਰਾਂ ਦੇ ਜੰਗਲ ਬਣ ਚੁੱਕੇ ਨੇ, ਜਿਹਦੇ ਕਾਰਨ ਮਨੁੱਖ ਇੱਕ ਬਹੁਤ ਵੱਡੇ ਮਾਨਸਿਕ ਰੂਪ ਦੇ ਵਿੱਚ ਗ੍ਰਸਤ ਹੋ ਚੁੱਕਿਆ। ਅੱਜ ਸਮੁੱਚੀ ਮਨੁੱਖ ਜਾਤੀ ਇੱਕ ਬਹੁਤ ਵੱਡੇ ਰੋਗ ਦੇ ਵਿੱਚ ਦੀ ਲੰਘ ਰਹੀ ਆ, ਇਹ ਭੁੱਲੇ ਵੇਲਾ ਰਸਤੇ 'ਤੇ ਪੈ ਚੁੱਕੀ ਆ। ਮੈਨੂੰ ਲੱਗਦਾ ਵੀ ਇਹ ਆਪਣੀ ਮੌਤ ਖੁਦ ਆਪ ਕਰ ਰਿਹਾ। ਇਹ ਇੱਕ ਵਿਲੱਖਣ ਕਿਸਮ ਦਾ ਨਾਵਲ ਹੈ ਜੋ ਪੰਜਾਬੀ ਜਗਤ ਵਿੱਚ ਨਵੀਆਂ ਪੈੜਾਂ ਕਰੂਗਾ। ਇਹਦਾ ਪ੍ਰਭਾਵ ਆਉਣ ਵਾਲੀਆਂ ਪੀੜ੍ਹੀਆਂ 'ਤੇ ਵੀ ਪਊਗਾ। ਇਹਦੇ ਵਿੱਚ ਜੀਵਨ ਦਾ ਸੱਚ ਹੈ, ਅਜੋਕਾ ਜੀਵਨ ਰੂਪਮਾਨ ਹੋਇਆ, ਜੋ ਕੁਝ ਵੀ ਅੱਜ ਵਾਪਰ ਰਿਹਾ, ਜੋ ਕੁਝ ਅਸੀਂ ਆਪਣੀਆਂ ਜਿਹੜੀਆਂ ਕੁਦਰਤੀ ਵਸਤਾਂ ਨੇ ਉਹਨਾਂ ਨਾਲ ਜੋ ਅਨਿਆਏ ਕਰ ਰਹੇ ਹਾਂ, ਉਹਨਾਂ 'ਤੇ ਜੋ ਅਤਿਆਚਾਰ ਕਰ ਰਹੇ ਹਾਂ, ਉਹਨਾਂ ਦਾ ਭਾਂਡਾ ਚਰਾਹੇ ਵਿੱਚ ਬਣਦਾ ਇਹ ਨਾਵਲ। ਕਿਤਾਬ ਪੁਸਤਕ ਨੂੰ ਮਾਰਨ ਲਈ ਜਿਹੜੀਆਂ ਨੀਤੀਆਂ ਨੇ ਸਰਕਾਰ ਦੀਆਂ, ਕਿਉਂਕਿ ਉਹ ਵੀ ਇਹ ਨਹੀਂ ਚਾਹੁੰਦੇ ਕਿ ਕਿਤਾਬਾਂ ਰਾਹੀਂ, ਪੁਸਤਕਾਂ ਰਾਹੀਂ, ਅੱਖਰਾਂ ਰਾਹੀਂ, ਸ਼ਬਦਾਂ ਰਾਹੀਂ ਲੋਕਾਂ ਨੂੰ ਚੇਤਨਾ ਹੋਵੇ, ਸਗੋਂ ਇਹ ਚਾਹੁੰਦੇ ਨੇ ਕਿ ਇਲੈਕਟ੍ਰੋਨਿਕ ਮੀਡੀਆ ਰਾਹੀਂ ਇੱਕ ਕਾਲਪਨਿਕ ਜੀ, ਇੱਕ ਮਸ਼ਨੂਈ ਜੀ ਜ਼ਿੰਦਗੀ ਉਹਨਾਂ ਦੇ ਦਿਮਾਗਾਂ 'ਚ ਪਾਈ ਜਾਵੇ। ਮੈਂ ਪੰਜਾਬ ਸਰਕਾਰ ਦੀ ਇਸ ਗੱਲੋਂ ਨਿੰਦਾ ਕਰਦਾ।